अनारस चार वरान एक वरान
ਬਾਬਾ ਅਕਾ
वाज कर सुन समान होवा जहाना सुन समान होवा जहाना दित्ती बांग निवाज कर दित्ती बांग निवाज कर सुन समान होवा जाना सुन समान होवा जाना सुन मुन नगरी पाई सुन मुन नगरी पाई देख पीर बया है राना देख पीर बया है राना देख पीर बया है राना देख पीर बया है एक बाबा अकाल रो जलवा भी मरदाना एक बाबा अकाल रो गुजरबा भी मरदाना गुजरबा भी मरदाना गुजरबा भी मरदाना गुजरबा भी दूजर बाबी मरदाना एक बाबा अकाल रो दूजर बाबी मरदाना वेखे ध्यान लगाए कर एक फकीर वड़ा मस्ताना पुछया फिर कै दस्तगी कौन फकीर किसका करियाना नानक कल विच आया रब फकीर इको पहचाना तरत आकाश चहूं दिस जाना एक बाबा काल रो दूजा रबाबी मरदाना Yeah.
ਦਿਸ ਜਾਣਾ ਦਰਦ ਅਕਾ ਸਚਹੋ ਦਿਸ ਜਾਣਾ ਇੱਕ ਬਾਬਾ ਅਕਾਲ ਦੂਜਰ ਬਾਬੀ ਮਰਦਾਨਾ ਇੱਕ ਬਾਬਾ ਅਕਾਲ ਦੂਜਰ ਬਾਬੀ ਮਰਦਾਨਾ ਦੂਜਰ ਬਾਬੀ ਮਰਦਾਨਾ ਸਾਰੀ ਸੰਗਤ ਇੱਕ ਬਾਬਾ ਅਕਾਲ ਰੂਪ ਦੂਜਰ ਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੂਪ ਦੂਜਰ ਬਾਬੀ ਮਰਦਾਨਾ ਦੂਜਰ ਬਾਬੀ ਮਰਦਾਨਾ ਅਕਾਲ ਰੂਪ ਦੂਜਰ ਬਾਬੀ ਮਰਦਾਨਾ ਪਿਆਨੰਦ ਜਗਤ ਵਿੱਚ ਕਲ ਤਾਰਣ ਗੁਰੂ ਨਾਨਕ ਆਇਆ ਪਿਆ
ਆਨੰਦ ਜਗਤ ਵਿੱਚ ਕਲ ਤਾਰਨ ਗੁਰਨਾ ਜਗਤ ਸਭਾ
ਜਗਤ ਸਭਾਇਆ, ਜਗਤ ਸਭਾਇਆ। ਪਾਤਾਲਾ ਆਕਾਸ਼ ਨਖ, ਜੀਤੀ ਤਾਰਤੀ ਜਗਤ ਚਿਤ ਗੁਪਤ ਸਭ ਚਰਨੀ ਲਾਇਆ। ਦੇਵਦਾਨੋ ਰਾਖਸ ਦੇ ਸਭ ਚਿਤ ਗੁਪਤ ਸਭ ਚਰਨੀ ਲਾਇਆ। ਇੰਦਰਾਸਣ ਅਪਛਰਾ ਰਾਗ ਰਾਗਨੀ ਮੰਗਲ ਗਾਇਆ। ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ। ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਸਾਹਿਬ ਕੀ ਕਹਿ ਰਹੇ ਹਨ? ਹੇ ਜੀਵ, ਇਹ ਜੋ ਸਰੀਰ ਉਸ ਪਰਮਾਤਮਾ ਨੇ ਤੈਨੂੰ ਬਖਸ਼ਿਆ ਹੈ, ਜਿਸ ਪਰਮਾਤਮਾ ਨੇ ਇੰਨੀ ਵੱਡੀ ਕਿਰਪਾ ਕੀਤੀ ਹੈ, 84 ਲੱਖ ਜੂਨਾਂ ਤੋਂ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਅਤੇ ਇਸ ਦੇਹੀ ਵਿੱਚ ਰਹਿੰਦਿਆਂ ਤੇਰਾ ਇੱਕ ਵੀ ਸਵਾਸ ਉਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਨਾ ਜਾਵੇ, ਭਾਵ ਕਿ ਬਿਰਥਾ ਨਾ ਜਾਵੇ। ਕਿਉਂਕਿ ਗੁਰਬਾਣੀ ਵਿੱਚ ਇਹ ਗੱਲ ਵੀ ਕਹੀ ਹੈ, ਹਮ ਆਦਮੀ ਹਾਂ ਇੱਕ ਦਮੀ। ਜੇ ਕੋਈ ਸਾਡੇ ਕੋਲੋਂ ਪੁੱਛ ਲਵੇ ਸਾਡੀ ਉਮਰ ਕਿੰਨੇ ਦਮ ਦੀ ਹੈ, ਸਾਡੀ ਉਮਰ ਹੈ ਇੱਕ ਦਮ ਦੀ, ਦੂਜਾ ਦਮ ਆਉਣਾ ਜਾਂ ਨਹੀਂ ਆਉਣਾ ਸਾਨੂੰ ਨਹੀਂ ਪਤਾ। ਇਸ ਕਰਕੇ ਗੁਰੂ ਸਾਧ ਸੰਗਤ ਜੀ, ਗੁਰੂ ਘਰ ਆਏ ਹੋ, ਨਾਮ ਜਪਿਆ ਕਰੋ, ਕਿਰਤ ਕਰਿਆ ਕਰੋ, ਅਤੇ ਬਹੁਤ ਵੱਡੀਆਂ ਭਾਗਾਂ ਦੀ ਨਿਸ਼ਾਨੀ ਹੈ ਜੋ ਆਪ ਸਰਬੱਤ ਸਾਧ ਸੰਗਤ ਜੀ ਤਨ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ।
ਗੁਰੂ ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ। ਆਓ ਸਾਰਿਆਂ ਨੇ ਹਾਜ਼ਰੀ ਪ੍ਰਵਾਨ ਕਰਨੀ ਹੈ, ਕੇਵਲ ਦਾਸ ਨੇ ਕੀਰਤਨ ਨਹੀਂ ਕਰਨਾ, ਸਾਰਿਆਂ ਨੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਦੇਵਦਾਨਾ ਰਾਕਸ ਦੈਤ ਸਭ ਚਿਤ ਗੁਪਤ ਸਭ ਚਰਨੀ ਲਾਇਆ ਇੰਦ੍ਰਾਸਣ ਅਪਛਰਾ ਸੰਗਤ ਜੀ। ਮੈਂ ਸਾਰੀ ਹੀ ਸਰਬਤ ਸਾਧ ਸੰਗਤ ਜੀ ਦਾ ਅਤੇ ਪ੍ਰਬੰਧਕ ਕਮੇਟੀ ਦਾ ਤਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਕੀਰਤਨ ਦਾ ਸਮਾਂ ਬਖਸ਼ਿਆ। ਹੁਣ ਆਪ ਜੀ ਦੇ ਸਨਮੁੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਜੋ ਪਹੁੰਚ ਚੁੱਕੇ ਹਨ, ਆਪ ਜੀ ਨੂੰ ਆਪਣੇ ਮਨੋ ਕੀਰਤਨ ਨਾਲ ਨਿਹਾਲ ਕਰਨਗੇ। ਆਓ ਕੋਈ ਵਿਰਸਨਾ ਵਾਂਝ ਨਾ ਰਵੇ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।